ਵੀਹ ਬਣੀ ਗਈਆਂ ਠੀਕ ਹੈ ਇਹਨਾਂ ਆਪਣਾ ਆਪਣਾ ਬੰਦਾ ਮਲਿਕ ਦਾ ਜਿਹੜੇ ਮੈਂ ਪਿਛਲੇ ਦਿਨਾਂ ਵਿੱਚ ਫੇਸਬੁੱਕ ਖੋਲੀ ਤੇ ਇੱਕ ਪ੍ਰੋਗਰਾਮ ਤੋਂ ਉਸ ਵੇਲੇ ਲਾਈਵ ਸ਼ੁਰੂ ਹੋਇਆ ਕਾਜ਼ੀ ਫਰੀਦ ਸਾਹਿਬ ਨਾਲ ਔਰ ਜ਼ੁਬੈਰ ਕੁਰੈਸ਼ੀ ਸਾਹਿਬ ਨਾਲ। ਉਸਨੇ ਜਿਹੜੀ ਇੰਤਜ਼ਾਮੀਆ ਸੀ ਸਟੇਟ ਸੈਕਟਰੀ ਸੀ ਜਿਹੜੇ ਕਾਰਬਨ ਲਲਿਆਣੀ ਰਾਜਗਾਨ ਉਹ ਪ੍ਰੋਗਰਾਮ ਹੋਇਆ ਉਹਨਾਂ ਨੇ ਇਹ ਗੱਲ ਜਿਹੜਾ ਮੈਂ ਸੁਣੀ ਨਾ ਉਹਨਾਂ ਆਖਿਆ ਜੀ ਕਿ ਅੱਜ ਨਾਲ ਜਿਹੜਾ ਪ੍ਰੋਗਰਾਮ ਆ ਇਸਨੇ ਵਿੱਚ ਕੋਈ ਫਰਮਾਇਸ਼ ਨਹੀਂ ਆਉਣ ਰਹੀ ਕੋਈ ਬੰਦਾ ਫਰਮਾਇਸ਼ ਵਾਸਤੇ ਅੱਗੇ ਨਾ ਚਾਹੇ ਸਿਰਫ ਸ਼ੇਰ ਹੋਸਣ ਮਜ਼ਮੂਨ ਬੰਦੀ ਕਰਨ ਤੇ ਪ੍ਰਾਪਰ ਸ਼ੇਰਖਾਨੀ ਨੂੰ ਮਹਿਫਲ ਸੁਣਾਉਣ। ਮੈਂ ਮਿੱਠੀ ਦਿਲਚਸਪੀ ਪੈਦਾ ਹੋਈ ਕਿ ਮੈਂ ਜਿਹੜਾ ਨਾ ਉਹ ਪ੍ਰੋਗਰਾਮ ਦਿੱਤਾ ਉਸਨੇ ਵਿੱਚ ਕਾਜ਼ੀ ਫਰੀਦ ਸਾਹਿਬ ਜਿਹੜਾ ਆ ਉਹ ਇੱਕ ਗੱਲ ਕੀਤੀ ਉਹ ਸਟੇਟ ਸੈਕਟਰੀ ਨੇ ਗੱਲ ਕੀ ਮੱਦੇਨਜ਼ਰ ਰੱਖੀ ਤਾਂ ਉਹਨਾਂ ਆਖਿਆ ਜੀ ਗੱਲ ਇਹ ਹੈ ਕਿ ਤੁਸਾਂ ਮੈਂ ਦੋ ਪਹਿਲ ਸ਼ਹਿਰ ਲੋੜ ਸਾਂ ਉਹਨਾਂ ਕੋਲ ਮੁਸ਼ਾਇਰਾ ਕਰਾ ਸਾਂ ਤਾਂ ਉਹਨਾਂ ਦੇ ਇੱਕ ਸ਼ਹਿਰ ਕੀ ਆ ਸਾਂ ਕਿ ਦੂਏ ਸ਼ਹਿਰ ਨੇ ਪਿੱਛਾ ਸ਼ੇਰ ਦੇ ਜੇ ਤੂੰ ਸ਼ੇਰ ਉਸ ਨਾ ਦਿੱਤੇ ਤੁਸੀਂ ਸਟੇਜਾ ਪਰ ਬੁਣ ਲਈ ਹੋਣ ਸਾਂ। ਫਿਰ ਉਹਨਾਂ ਇਹ ਵੀ ਗੱਲ ਆਖੀ ਕਿ ਹੁਣ ਜਿਹੜਾ ਨਾ ਉਹ ਸ਼ੇਰਬਾਜ਼ੀ ਨਾਲ ਕੋਈ ਸਵਾਦ ਜਿਹਾ ਨਹੀਂ ਰਿਹਾ ਲੇਕਿਨ ਮੈਂ ਉਮੀਦ ਕਰਨਾ ਸਾਂ ਕਿ ਸ਼ਾਇਦ ਉਹ ਇਸ ਦੀਆਂ ਵਜੂਹਾਤ ਦੀ ਬਿਆਨ ਕਰ ਸਕਣ। ਬਾਅਦ ਦਫ਼ਾ ਟਾਈਮ ਨਹੀਂ ਕਿੱਲਤ ਹੋਣੀ ਕੋਈ ਸੁਣਾ ਕਿਸੇ ਹੋਰ ਪ੍ਰੋਗਰਾਮ ਵਿੱਚ ਅੱਗੇ ਉਹ ਕਰੀ ਛੋੜਨ ਤੁਸਾਂ ਕਾਜ਼ੀ ਫਰੀਦ ਸਾਹਿਬ ਨੇ ਇਸ ਗੱਲ ਕੀ ਜਿਹੜਾ ਨਾ ਕਿਹੜੀ ਨਜ਼ਰ 'ਚ ਤੱਕਣੀ ਹੋ ਜਾਏ ਤੁਸਾਂ ਆਪਣਾ ਕੋਈ ਮੌਕਾ ਦੇਣਾ ਚਾਹੋ ਤਾਂ ਕਹਿ ਦੇਣੇ। ਕਾਜ਼ੀ ਫਰੀਦ ਸਾਹਿਬ ਮੋਤਰਾ ਵੀ ਸਾਡੇ ਦੋਸਤ ਵੀ ਠੀਕ ਹੈ ਗੱਲ ਉਹਨਾਂ ਕੀਤੀ ਸਾਰੀ ਗੱਲ ਮੌਕਾ ਹੋਏ ਦੇ ਸਕਣੇ ਮੈਂ ਤੇ ਗੱਲ ਹੀ ਕਰ ਸਕਣਾ ਮੈਂ ਇਹ ਨਾ ਆਣਾ ਪਏ ਉਹਨਾਂ ਨੇ ਆਕੀ ਜਾ ਮੈਂ ਉਹਨਾਂ ਦੀ ਗੱਲ ਜਿਸ ਤਰ੍ਹਾਂ ਉਹਨਾਂ ਕੀਤੀ ਉਹ ਉਸਨੇ ਜਵਾਬਦਾਰ ਖੁਦ ਹਨ ਲੇਕਿਨ ਹਕੀਕਤ ਬਾਤ ਹੀ ਆਈ ਹੈ ਰਾਜ ਸਿੰਘ ਜੋ ਤੁਸੀਂ ਗੱਲ ਬਾਈ ਨਾ ਉਹ ਮਾਹੌਲ ਨਹੀਂ ਰਿਹਾ ਲੋਕ ਉਸ ਤਰ੍ਹਾਂ ਨਹੀਂ ਤੁਸਾਂ ਕੀ ਲੜਨਾ ਨਹੀਂ ਲਾਬੀਆਂ ਜਿਹੜੀਆਂ ਆ ਉਹ ਬਣੀ ਗਈਆਂ ਇਸ ਕੰਮ ਬਿਲਕੁਲ ਇਸ ਤਰ੍ਹਾਂ ਲਾਬੀਆਂ ਬਣੀ ਗਈਆਂ ਠੀਕ ਹੈ ਇਹਨਾਂ ਆਪਣਾ ਆਪਣਾ ਬੰਦਾ ਮਲਿਕ ਦਾ ਸਾਰਿਆਂ ਵਾਲਾ ਗੱਡ ਆਇਆ ਅੱਛਾ ਇਸ ਨਾਲ ਇਹ ਜਿਹੜਾ ਬੰਦੇ ਮਲੇ ਵੇ ਇਹਨਾਂ ਨੇ ਇਹ ਸਕਾਫਤ ਦੀ ਖਿਦਮਤ ਫਲਾਣਾ ਬੰਦਾ ਗੱਲ ਕਰਨਾ ਤੁਸਾਂ ਪਹਿਲੇ ਸੋ ਕੁਸਾ ਨੇ ਹੱਕ ਚ ਹੋਏ ਹੋਏ ਹੋ ਠੀਕ ਹੈ ਤਾਂ ਫਿਰ ਦੁਆ ਚੰਗੀ ਸੋ ਚੰਗੀ ਗੱਲ ਕਰਨ ਉਹ ਤੁਸੀਂ ਚੰਗੀ ਨਹੀਂ ਲੱਗਣ ਲੱਗੀ ਸ਼ੇਖ ਖਾਨਾ ਕੀ ਮੈਸੇਜ ਨਾ ਦੇਣਗੇ ਜਿਹੜੇ ਸਟੇਜ ਜਿਹੜਾ ਪ੍ਰੋਗਰਾਮ ਸ਼ੁਰੂ ਹੋਣਾ ਇਸ ਚੀਜ਼ ਦੀ ਇਸ ਤੁਸੀਂ ਮਜਬੂਰੀ ਬਣੀ ਕਿ ਹਰ ਵੇਲੇ ਸ਼ੇਅਰ ਬੋਲਦਾ ਰਹਿਣਾ ਆਣਨਾ ਕੁਝ ਆ ਨੀ ਕਾਲ ਫਿਰ ਇਸ ਪਸਤਰ ਤੱਕ ਦੁੱਖ ਕਰਨੀ ਪੈਣੀ ਫਿਰ ਉਹਨਾਂ ਕੀ ਲਾਬੀਆਂ ਨੇ ਹਿੱਸਾ ਬਣਨਾ ਪੈਣਾ ਠੀਕ ਹੈ ਸਟੇਰੰਗ ਬਣੀ ਜਾਣੇ ਠੀਕ ਹੈ ਸ਼ੇਰ ਖਾਨ ਨਹੀਂ ਹੋਏ ਸਟੇਰੰਗ ਹੋਏ ਸ਼ੁਕਰ ਅਲਹਮਦੁਲਿਲਾ ਜੀ ਆਪਣਾ ਕੰਮ ਕਾਜ ਕਰਨੇ ਆ ਇਸ ਕੀ ਸ਼ੌਕ ਸਾ ਰੱਖਿਆ ਨਾਲ ਜਦੋਂ ਕੋਈ ਆਵਾਜ਼ ਮਾਰਿਆ ਬੰਦਾ ਸਰ ਠੀਕ ਹੈ ਇਹ ਲਾਬੀਆਂ ਨੇ ਸਾਈ ਨਾ ਬਣਿਆ ਠੀਕ ਹੈ ਕਥਨ ਪਰ ਮੈਂ ਕਿਹਾ ਲੰਮੀ ਲੈ ਲੈ ਕਿਆ ਖਲੀ ਲੈ ਲੈ ਕਿਆ ਸਫ਼ਰ ਮਲੂਕ ਪੜ੍ਹਨੇ ਵਾਲੇ ਕਿਸੇ ਬੰਦੇ ਪੁੱਛੀ ਕਿ ਐਵੇਂ ਭਾਵੇਂ ਇਸ ਨਾਲ 1800 ਗੱਲਾਂ ਕਰਨ ਮਾੜੇ ਖਿਲਾਫ਼ ਕਿਸੇ ਕੋਲ ਪੁੱਛੋ ਸ਼ਹਾਦਤ ਤੁਸਾਂ ਦੇ ਖਿਲਾਫ਼ ਕੋਈ ਗੱਲ ਕੀਤੀ ਠੀਕ ਹੈ ਨਾ ਬਰਾਬਰ ਮਾੜਾ ਕਿਸੇ ਨਾਲ ਇਖਤਲਾਫ਼ ਨਹੀਂ ਹੈ
ਠੀਕ ਹੋਈ ਜ਼ਬਰਦਸਤ ਨਾਜ਼ਰੀਨ ਇਸ ਜਨਾਬ ਸ਼ਹਿਜ਼ਾਦ ਮੁਸ਼ਾਹੀ ਸਾਹਿਬ ਇਹਨਾਂ ਦੀਆਂ ਗੱਲਾਂ ਤੁਸੀਂ ਸੁਣੀਆਂ ਇਹਨਾਂ ਦੀ ਗੁਫ਼ਤਗੂ ਤੁਸੀਂ ਸੁਣੀ ਦੌਰਾਨੇ ਗੁਫ਼ਤਗੂ ਅਗਰ ਕਿਸੇ ਬੰਦੇ ਦੀ ਕੋਈ ਗੱਲ ਜਿਹੜੀ ਆ ਉਹ ਮਾੜੀ ਲੱਗੀ ਹੈ ਤਾਂ ਸਾਡੀ ਜ਼ਰੂਰ ਸਲਾਹ ਕਰ ਸੀ ਅਸਾਂ ਉਹਨਾਂ ਦੀ ਉਸ ਗੱਲ ਨਾਲ ਜ਼ਰੂਰ ਜਿਹੜਾ ਤੁਸਾਂ ਕੀ ਜਵਾਬ ਦੇ ਸਾਂ ਅਸਾਂ ਇਹਨਾਂ ਹਲੇ ਅਸਾਂ ਮਦਦ ਕਰਨੇ ਹਾਂ ਅਸਾਂ ਆਪਣੀ ਸਲਾਹ ਕਰਨ ਦੀ ਕੋਸ਼ਿਸ਼ ਕਰ ਸਾਂ ਨੈਕਸਟ ਕਿਸੇ ਮਹਿਮਾਨ ਕੀ ਚਾਹੇ ਉਹ ਉਸ ਨਾਲ ਪਟਵਾਰੀ ਸ਼ੇਰਬਾਜ਼ੀ ਨਾਲ ਤਲਕ ਆ ਚਾਹੇ ਉਸ ਨਾਲ ਕਬੱਡੀ ਨਾਲ ਤਲਕ ਆ ਕਬੱਡੀ ਦੇ ਹਵਾਲੇ ਨਾਲ ਮੈਂ ਜਾਣਾ ਇਹ ਗੱਲ ਕਰ ਸਕਾਂ ਕਿ ਸਾਡੇ ਇਲਾਕੇ ਜਿਸਲੇ ਕੌਡੀ ਦੀ ਗੱਲ ਅਛਣੀ ਤਾਂ ਹਰ ਬੱਚੇ ਜਵਾਨ ਬੁੱਢੇ ਦੀ ਜ਼ਬਾਨ ਪਰ ਇੱਕ ਹੀ ਨਾ ਅਛਣਾ ਤਾਰਕ ਤਾਰੀ ਇਸਲਾਮਪੁਰਾ ਜਬਰ ਉਸ ਬੰਦੇ ਆਪਣਾ ਇੱਕ ਮੁਕਾਮ ਹਾਸਲ ਕਰਨ ਵਾਸਤੇ ਵੱਡੀ ਮਿਹਨਤ ਕੀਤੀ ਔਰ ਮੈਦਾਨਾਂ ਵਿੱਚ ਆਪਣਾ ਲੋਹਾ ਮਨਵਾਇਆ ਉਹ ਮਿਹਨਤ ਕਰਨੀ ਪੈ ਸੀ ਤੇ ਤਾਰਕ ਤਾਰੀ ਬਣਨਾ ਪੈ ਸੀ ਜਿਸ ਤਰ੍ਹਾਂ ਸ਼ੇਰ ਖਾਨ ਕੁਝ ਜੀਣਿਆ ਲੋਕ ਉਹਨਾਂ ਦੀ ਲੱਤਾਂ ਚਿਕਣੇ ਰਹੇ ਤੇ ਮਰਨੇ ਸੁਭਾਅ ਆਣੇ ਸੀ ਉਹਨਾਂ ਜਾਂ ਕੋਈ ਵੀ ਜਿਹੜਾ ਬੰਦਾ ਮਰੀ ਜਾਣਾ ਇਸ ਦੁਨੀਆਂ ਨੂੰ ਚਲਾ ਜਾਣਾ ਤਾਂ ਫਿਰ ਆਣਿਆ ਕਿ ਸਾਡਾ ਬਹੁਤ ਸਕਾਫਤ ਦਾ ਬੜਾ ਨੁਕਸਾਨ ਹੋਈ ਆ ਜੀਣਿਆ ਬੰਦੇ ਦੀ ਕਦਰ ਕਰੋ ਜਿਹੜਾ ਇੱਕ ਨੰਬਰ ਵਾਲਾ ਉਸਕੀ ਇੱਕ ਨੰਬਰ ਪਰ ਰਹਿਣ ਦਿਓ ਤੇ ਜਿਹੜਾ 12 ਨੰਬਰ ਆ ਤਮਾਮ ਜਿੰਨੇ ਵੀ ਪਟਵਾਰੀ ਬੈਠਕ ਚੈਨਲ ਤਖਣੇ ਵਾਲੇ ਲੋਕ ਇੱਕ ਤੇ ਆ ਕਿ ਤੁਸਾਂ ਦੀ ਖਿਦਮਤ ਕਹੀ ਆ ਇਸ ਫਨ ਦੇ ਹਵਾਲੇ ਨਾਲ ਇਸ ਸਕਾਫਤ ਦੇ ਹਵਾਲੇ ਨਾਲ ਇਹ ਇਸ ਚੈਨਲ ਉੱਪਰ ਜਿਹੜੀਆਂ ਅਸਾਂ ਗੱਲ ਜਿਹੜੀ ਮੈਂ ਕੋਈ ਗੱਲ ਕੀਤੀ ਇੱਕ ਤੇ ਆ ਅਗਰ ਕੋਈ ਗਲਤ ਗੱਲ ਕੋਈ ਮੂੰਹ ਨਿਕਲੀ ਗਈ ਵੈਸੇ ਸਲਾਹ ਮਾਜ਼ਰਤ ਠੀਕ ਹੈ ਇਸਨੇ ਪਰ ਕਮੈਂਟਸ ਔਰ ਰਾਏ ਜ਼ਰੂਰ ਆਪਣੀ ਦਿਆ ਕਰੋ ਜਿੰਨੇ ਲੋਕ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਰਾਏ ਦੇ ਸੋ ਨਾ ਯਾਰ ਇਸਕੀ ਇਸ ਤਰ੍ਹਾਂ ਹੋਣਾ ਚਾਹੀਦਾ ਇਸਕੀ ਇਸ ਤਰ੍ਹਾਂ ਹੋਣਾ ਚਾਹੀਦਾ ਇਸ ਨਾਲ ਕਿਆ ਹੋਣਾ ਇੱਕ ਖੁਸ਼ਗਵਾਰ ਮਾਹੌਲ ਵਾਲੇ ਪਾਸੇ ਬਹਿਸ ਜਾਏ ਨਾ ਤਾਂ ਅੱਛੀ ਰਹਿਣੀ ਇਸ ਨਾਲ ਤੁਸੀਂ ਜਿਹੜੀ ਉਸਨੇ ਰਹਿਨਮਾਈ ਕਰਨੀ ਫਿਰ ਅਗਲੀ ਵਾਰੀ ਜਿਸਲੇ ਰਾਏ ਰਾਜਾ ਨੈਕਸਟ ਵੀਡੀਓ ਚਾੜਨੇ ਤਾਂ ਉਸਨੇ ਤੁਸੀਂ ਰਾਏ ਕੀ ਮੱਦੇ ਨਜ਼ਰ ਰੱਖਣੀ ਜਿੰਨੇ ਜ਼ਿਆਦਾ ਬੰਦੇ ਕਮੈਂਟ ਕਰਨੇ ਹੋ ਜਿੰਨੇ ਬੰਦੇ ਇਸਕੀ ਲਾਈਕ ਕਰਸੋ ਸ਼ੇਅਰ ਕਰਸੋ ਲੋਕਾਂ ਤੱਕ ਪਹੁੰਚਾ ਸੋ ਉਸਨੇ ਵਿੱਚ ਇਸ ਚੈਨਲ ਨਾਲ ਫਾਇਦਾ ਆ ਔਰ ਸਕਾਫਤੀ ਪ੍ਰੋਗਰਾਮ ਜਿਹੜਾ ਅਸਾਂ ਸ਼ੁਰੂ ਕੀਤਾ ਪਟਵਾਰੀ ਸ਼ੇਰਖਾਨੀ ਇਸ ਨਾਲ